देख रहे हैं मस्का चस्का टाइम्स। आज जिला गुरदासपुर के शहर कादिया की महान शख्सियत सरदार सतनाम सिंह बाजवा जी, जिनकी आज 34वीं बरसी मनाई गई। सरदार फतेह जंग सिंह बाजवा जी ने सरदार सतनाम सिंह की समाधि पर श्रद्धा के फूल भेंट किए। आइए देखते हैं मस्का चस्का टाइम्स के सीनियर रिपोर्टर सरदार स्वर्ण सिंह की कादिया से विशेष रिपोर्ट। अज साडे दार जी की सरदार सतनाम सिंह बाजवा की 34वीं बरसी है। जो गल्लां करन लगी है तो शायद सानू इत्थे किन्ना चिर बैठना पऊगा। उही गल्लां अज भाजी मनोहर लाल जी शर्मा और राणा गल कर रहे सी, बेटे नू दस रहे सीगे वी उहनां दी जीवनी दे उत्ते किहड़े किहड़े उहनां ने इहो जे अहम फैसले लै जिहड़ा लोगां नू सिखना चाहीदा। अज पोलिटिकल लीडरशिप दे विच वो समय दे हिसाब नाल जिहड़ी वक्ती तौर ते चेंजेस आईयां ने उहनां दिनां दे विच जिहड़े पोलिटिकल लीडर्स हुंदे सी बहुत वड्डी उहनां दी शख्सियत वो एक उदाहरण हुंदे सी लोकां दे, ना एक मार्गदर्शन हुंदे, लोग उहनां दा एग्जाम्पल दिंदे सी। उहनां विचों सरदार सतनाम सिंह बाजवा एक शख्सियत सी। उहनां दा घाटा जिहड़ा ना ना पूरा होण वाला घाटा, अज भी ਜਦੋਂ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਸਮੇਂ ਨੂੰ ਯਾਦ ਕਰੀਦਾ ਅਤੇ ਉਹ ਉਸ 'ਤੇ ਸਾਨੂੰ ਇਹ ਖੁਸ਼ੀ ਵੀ ਹੁੰਦੀ ਹੈ ਵੀ ਸਾਡੇ ਫਾਦਰ ਨੇ ਸਾਡੇ ਬਾਪ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮੁਕਾਮ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ। ਪੋਲੀਟਿਕਸ ਇਜ਼ ਆਲ ਅਬਾਊਟ ਵੀ ਤੁਸੀਂ ਆਪਣੇ ਲੋਕਾਂ 'ਚ ਦਿਲਾਂ ਦੇ ਰਾਜ ਕਿੱਦਾਂ ਕਰਦੇ ਹੋ। ਵੋਟਾਂ ਲੈ ਕੇ MLA ਬਣਨਾ, ਵੋਟਾਂ ਲੈ ਕੇ ਮੰਤਰੀ ਬਣਨਾ ਇੱਕ ਸੈਕੰਡਰੀ ਚੀਜ਼ ਹੈ। ਬੰਦਾ ਉਹੀ ਜ਼ਿੰਦਗੀ ਵਿੱਚ ਉਹ ਲੀਡਰ ਕਾਮਯਾਬ ਹੈ ਜਿਹੜਾ ਲੋਕਾਂ ਦੇ ਦਿਲਾਂ 'ਚ ਰਾਜ ਕਰਦਾ ਅਤੇ ਜਿਹੜਾ ਹਮੇਸ਼ਾ ਰਹਿੰਦਾ। ਅਤੇ ਸਰਦਾਰ ਸਤਨਾਮ ਸਿੰਘ ਬਾਜਵਾ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਰਾਜ ਕੀਤਾ। ਅਤੇ ਅੱਜ ਵੀ ਮੈਂ ਇਹਨਾਂ ਨੂੰ ਕਹਿ ਰਿਹਾ ਸੀ, ਮੈਂ ਕਹਿੰਦੇ ਵੀ ਸਾਡੇ ਪੁਰਾਣੇ ਬਜ਼ੁਰਗ ਬਾਜਵਾ ਸਾਹਿਬ ਦੇ ਨਾਲ ਦੇ ਬਹੁਤੇ ਚਲੇ ਗਏ ਆ, ਅਤੇ ਕਹਿੰਦੇ ਨਹੀਂ ਜਿਹੜੇ ਚਲੇ ਵੀ ਗਏ ਹੋਣਗੇ ਆਪਣੇ ਬੱਚਿਆਂ ਨੂੰ ਜ਼ਰੂਰ ਕਹਿ ਕੇ ਗਏ ਹੋਣਗੇ ਵੀ ਬੇਟਾ ਇਸ ਪਰਿਵਾਰ ਦਾ ਹੱਥ ਨਹੀਂ ਕਦੀ ਛੱਡਣਾ। ਤੋ ਇਹ ਚੀਜ਼ਾਂ ਕਈ ਉਹਨਾਂ ਕੋਲ ਬਹੁਤ ਸਿੱਖਣ ਵਾਲੀਆਂ, ਬਹੁਤ ਕੁਝ ਸਿੱਖਿਆ ਔਰ ਬੜੇ ਸਾਥੀ ਉਹਨਾਂ ਦੇ ਅੱਜ ਤੱਕ ਨਿਭੇ ਨੇ। ਅਤੇ ਭਾਅ ਜੀ ਜਿਹੜੇ ਸਾਡੇ ਹੁਣ ਫਾਦਰ ਫਿਗਰ ਨੇ, ਅਸੀਂ ਵੀ ਪਰਿਵਾਰਕ ਕੋਈ ਚੀਜ਼ ਹੋਏ ਤਾਂ ਇਹਨਾਂ ਕੋਲ ਹਮੇਸ਼ਾ ਰਾਏ ਲਈ ਦੀ ਹੈ। ਅਤੇ ਜ਼ਿੰਦਗੀ ਇੱਦਾਂ ਚੱਲਦੀ ਹੈ, ਜ਼ਿੰਦਗੀ ਤਾਂ ਖਲੋਂਦੀ ਨਹੀਂ, ਪਰ ਉਹਨਾਂ ਨੂੰ ਅੱਜ ਯਾਦ ਕਰਨ ਲਈ ਅਸੀਂ ਸਾਰੇ ਜਿਹੜੇ ਉਹਨਾਂ ਨਾਲ ਪਿਆਰ ਵਾਲੇ ਸੀ, ਸਿਰਫ ਪਰਿਵਾਰਕ ਅਸੀਂ ਹੋਰ ਤਾਂ ਕਿਸੇ ਨੂੰ ਨਹੀਂ ਬੁਲਾਇਆ, ਅਤੇ ਸਿਰਫ ਇਹ ਸੀ ਵੀ ਆਪਣੇ ਪਿਤਾ ਜੀ ਨੂੰ ਆਪਣੀ ਮਾਂ ਨੂੰ ਹਮੇਸ਼ਾ ਯਾਦ ਕਰਦੇ ਰਹੀਦਾ। ਅਤੇ ਕੋਸ਼ਿਸ਼ ਇਹ ਹੁੰਦੀ ਹੈ ਵੀ ਉਹਨਾਂ ਦੇ ਪੂਰਿਆਂ 'ਤੇ ਚੱਲੀਏ ਅਤੇ ਲੋਕਾਂ ਦੀ ਸੇਵਾ ਕਰ ਸਕੀਏ। ਸਾਡੇ ਲਾਡ ਜੀ ਸਰਦਾਰ ਸਤਨਾਮ ਸਿੰਘ ਬਾਜਵਾ ਜੀ ਦੀ ਬਰਸੀ 'ਤੇ ਆਏ ਹਾਂ ਅਤੇ ਹਰ ਸਾਲ ਵਾਂਗ ਅਸੀਂ ਹਮੇਸ਼ਾ 10 ਜੁਲਾਈ ਨੂੰ ਇੱਥੇ ਇਕੱਠੇ ਹੁੰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ। ਅੱਜ ਬੈਠੇ ਹੋਏ ਸੀ ਉਹਨਾਂ ਦੇ ਪੁਰਾਣੇ ਸਾਥੀਆਂ ਦੇ ਬਾਰੇ ਗੱਲਾਂ, ਲੋਕਾਂ ਦੇ ਬਾਰੇ ਗੱਲਾਂ, ਰਾਜਨੀਤਿਕ ਕਰੀਅਰ ਦੇ ਬਾਰੇ ਗੱਲਾਂ। ਬਸ ਤੁਹਾਨੂੰ ਅੱਜ ਕੱਲ੍ਹ ਦੇ ਜਿਹੜੀ ਸਾਨੂੰ ਡਿਫਰੈਂਸ ਪਤਾ ਚੱਲਦਾ, ਅੱਜ ਕੱਲ੍ਹ ਜਿਹੜਾ ਅੰਤਰ ਹੈਗਾ ਉਹ ਇਹ ਹੈ ਕਿ ਅੱਜ ਰਾਜਨੀਤੀ ਦਾ ਮਤਲਬ ਹੈ ਕਿ ਆਪਾਂ ਕੁਰਸੀ ਦੀ ਰਾਜ ਕਰਨ ਦੀ ਨੀਤੀ ਬਣਾਉਣੀ ਹੈ। ਪਰ ਦਾਰ ਜੀ ਦਾ ਹਮੇਸ਼ਾ ਤਾਂ ਇਹੀ ਸੰਕਲਪ ਸੀਗਾ ਕਿ ਆਪਾਂ ਲੋਕਾਂ ਦੇ ਦਿਲਾਂ 'ਤੇ ਕਿਵੇਂ ਰਾਜ ਕਰਨਾ, ਉਹਨਾਂ ਲਈ ਰਾਜਨੀਤੀ ਉਹ ਸੀਗੀ। ਬਸ ਉਹਦੇ ਬਾਰੇ ਯਾਦਾਂ ਤਾਜ਼ਾ ਕੀਤੀਆਂ, ਉਹਨਾਂ ਦੇ ਚੰਗੇ ਕੰਮਾਂ ਬਾਰੇ, ਉਹਨਾਂ ਨੇ ਕਿੰਨੀ ਵੱਡੀ ਛਾਪ ਜਿਹੜੇ ਅੱਜ ਤੱਕ ਲੋਕ ਯਾਦ ਕਰਦੇ ਨੇ ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੇ ਕੈਰੇਕਟਰ ਨੂੰ ਅਤੇ ਉਹਨਾਂ ਦੀ ਦਰਿਆ ਦਿਲੀ ਨੂੰ, ਦਲੇਰੀ ਨੂੰ, ਇਹੋ ਜਿਹੀ ਲੋਕ ਅਤੇ ਲੋਕ ਜਿਹੜੇ ਪਿਆਰ ਵੀ ਕਰਦੇ ਸੀ ਦਾਰ ਜੀ ਨੂੰ, ਮਤਲਬ ਕਿ ਜਿਨ੍ਹਾਂ ਨੇ ਆਪਣੇ ਜੀਵਨ ਦਾਰ ਜੀ ਦੇ ਨਾਲ ਬਿਤਾਏ, ਆਪਣੇ ਘਰ ਬਾਰ ਛੱਡ ਕੇ ਉਹ ਦਾਰ ਜੀ ਦੇ ਨਾਲ ਹੀ ਰਹਿੰਦੇ ਸੀ, ਇਹੋ ਜਿਹੀ ਸ਼ਖਸੀਅਤ ਸੀ ਦਾਰ ਜੀ ਸਾਡੇ। ਅਤੇ ਬਸ ਅੱਜ ਖੁਸ਼ੀ ਵੀ ਹੁੰਦੀ ਜਿੱਦਾਂ ਬਾਜਵਾ ਸਾਹਿਬ ਨੇ ਕਿਹਾ, ਅਤੇ ਕਮੀ ਵੀ ਜ਼ਰੂਰ ਮਹਿਸੂਸ ਹੁੰਦੀ। 34ਵੀਂ ਬਰਸੀ ਹੈ, ਮੈਂ ਇਸ ਪਰਿਵਾਰ ਨਾਲ ਪਿਛਲੇ 65 ਸਾਲਾਂ ਤੋਂ ਹਾਂ। ਮੈਂ ਬਚਪਨ ਤੋਂ ਹੀ ਬਾਜਵਾ ਸਾਹਿਬ ਨਾਲ ਰਿਹਾ, ਅਸੀਂ ਇਕੱਠੇ ਰਹੇ ਹਾਂ,
साढ़े वड्डे भरा छोटे भरा रिश्ता सी ये प्रताप सिंह बाजवा और फतेह जंग सिंह बाजवा ये तो मैं आप बच्चों वो पाले ने बाजवा साहब का सानी कोई नहीं इलैक्शन में जाके हर इलैक्शन अलग लान स्टेजा से कर देंगे सी वो बंदा खड़ा हो गया जिन्हें मैंने किसी काम लिए चाह की प्याली पाई हो पैसे तो गांह की गल सी एक इमानदार पॉलिटिशियन जिन्हें लोगों की सेवा की अज भी लोगों दिलों से वसदा अफसर दिलों से वसदा अफसरों को पता ही साढ़ा नाँ नहीं बेचता असं अज भी किसी अफसर जाके तेन मिलीदा तो बाजवा साहब का नाँ लिंदा कहता क्या बात है ग्रेट मैन तुम्हें वो बंदे तो उस वे काम करता बाजवा साहब बड़े चंगे सियासतदान बड़े चंगे व्यक्ति लोगों ना प्यार करने वाले उन्होंने घरों कभी भी कोई बंदा खाली नहीं सी परतिया भावें दुश्मन भी हो अज सरदार सतनाम सिंह बाजवा जी स्वर्गीय जो साढ़े पिता समान सन पिता ही हैं उन्होंने अच्छ 34वीं बरसी तो अज सारे बाजवा परिवार एकत्र होए हैं समाज के उपर आप अज श्रद्धांजलि के फुल भेट किए हैं तो सरदार सतनाम सिंह बाजवा जी जिथे उन्होंने एक शख्सियत सी उन्होंने एक क्वालिटी सी कि उन्होंने अपने इलाके से राज किया लोगों के दिलों से राज किया जिथे उन्होंने इलाके से स्वर्ग बनाया सब तो पहला उन्होंने इलाके की तुसी जी है दरिया क्योंकि दरिया ब्यास लागे पैंदा रुड़ जाता सी इलाका ही रुड़ जाता सी उन्होंने अपनी सोच नूं बरकरार रखते हुए तुसी का बन जिहड़ा वो बनवाया तो अज उस इलाके दे विच हरियावल है अज लोग उत्थे वस रहे हैं ये सरदार सतनाम सिंह बाजवा जी की देन है इलाके नूं और भी उन्होंने अनेक काम जिहड़े इलाके दे विच कीते जिन्हां नाल उन्हां दी वक्खरी पछाण बनी और सतनाम सिंह बाजवा जी ने लोगों ने दिलों से राज किया और लोगों के मनों के अज भी बाजवा परिवार की जो पूरी शाख है जिते सरदार प्रताप सिंह बाजवा जी सरदार फतेह जंग सिंह बाजवा जी बहुत वधिया जड़ा वो उपराला कर रहे ने लोगों के दिलों से विचरन का और लोगों के मनों पर जो उन्हों का प्यार है वो बहुत ज़्यादा है बहुत वधिया लोगों विचरद लोगों के काम करते हैं नाल ही कंवर प्रताप सिंह बाजवा जी जो साढ़े छोटे वीर हैं वह भी लोगों के विचरे हैं और वधिया सेवा जी निभा रहे हैं अज असी अपने वालों बाजवा परिवार वालों सरदार सतनाम सिंह बाजवा जी ने